ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਹੈਗੀ ਹੈ ਮਹਾਂ ਸ਼ਿਵਰਾਤਰੀ ਅਤੇ ਸਾਡੇ ਪਿੰਡ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਤਿਆਰੀਆਂ ਲਗਭਗ ਹੋ ਗਈਆਂ ਆ। ਜਦੋਂ ਤੱਕ ਪਾਲਕੀ ਤੁਰਦੀ ਆ ਤੁਸੀਂ ਸਾਰੇ ਜਾਣੇ ਕਮੈਂਟ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖਿਓ, ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਹਰ ਹਰ ਮਹਾਦੇਵ। शिव के बगैर शक्ति अधूरी है, यही सृष्टि का नियम भी है,
इसीलिए भगवान को अर्धनारीश्वर भी कहा जाता है। तो भोले बाबा की बारात गौरा के घर गई, गौरा की सखियों ने गौरा के दूल्हे को देखा, परेशान हो गई। ऐसा अजीब दूल्हा उन्होंने सोचा भी नहीं था, लेकिन चूंकि सखी का दूल्हा था इसलिए बर्दाश्त कर लिया। फिर उसकी शान में जो कहा गया उसे कहते हैं सिखनिया। किस तरह शंभुती चांजिया हुए ते गई है, आओ नी कुड़ियों रल सिखनिया दई है, अमली जी जागे आजे आ। Thank you.
Thank you.
चलता है, लाइट चलता है। We'll be right back.
ਸ਼ੋਭਾ ਯਾਤਰਾ ਸ਼ਿਵ ਮੰਦਰ ਵਾਪਸ ਆ ਗਈ ਹੈ ਅਤੇ ਸ਼ੋਭਾ ਯਾਤਰਾ ਬਹੁਤ ਸੋਹਣੀ ਸੀ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਕਮੈਂਟ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਅਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਹੋਰ ਵੀ